ਸਲਾਮ ਅਲੈਕਮ, ਮੈਂ ਮਜ਼ਹਬ ਸਾਬਰ। ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਮੁਬਾਰਕ ਭਾਈ ਜਾਣ ਦੇ ਨੇ ਹਾਂਡੀ ਲੈਣ ਪਸਰੂੜੋਂ। ਮੈਂ ਅੱਜ ਪਸਰੂੜ ਵੇਖਾਂਗਾ, ਅਤੇ ਆਓ ਫਿਰ ਤੁਹਾਨੂੰ ਪਸਰੂੜ ਵਹਾਨੇ ਹਾਂ, ਨਾਲੇ ਹਾਂਡੀਆਂ ਜਿਹੜਾ ਲੈਣ ਚੱਲੇ ਹਾਂ, ਨਾਲ ਹਾਂਡੀਆਂ ਵਹਾਨੇ ਹਾਂ, ਮਿੱਟੀ ਦੀ ਹਾਂਡੀ ਲੈ ਕੇ ਆਵਾਂਗੇ। ਆਓ ਚੱਲੀਏ। ਅੱਜ ਅਸੀਂ ਜਾਣ ਡੇ ਹਾਂ, ਤਰੇ ਬੜੀ ਲੱਗ ਗਈ, ਨਲਕਾ ਵੇਖ ਕੇ ਤਾਂ ਜਰਾ ਖਲੋ ਗਏ ਹਾਂ, ਅਤੇ ਨਲਕੇ 'ਚ ਪਾਣੀ ਹੈ ਨਹੀਂ। ਇਹ ਜੇ ਸਰਵਿਸ ਵਾਲਾ ਖੰਭਾ ਵੇਖੋ ਕਿੰਨਾ ਉੱਚਾ ਜੇ। ਇਹ ਵੇਖੋ ਰਾਹ 'ਚ ਟਰੱਕ ਖਲੋਤੇ ਨੇ, ਬੱਦਲ ਪੈਣ ਡਿਆ ਸੀ ਅਤੇ ਰਾਹ 'ਚ ਖਲੋ ਗਏ ਨੇ। ਇਹ ਨਹੀਂ ਬਣੀ ਰਾਹ 'ਚ ਅਸੀਂ ਜਾਣਦੇ ਹਾਂ, ਅਤੇ ਕਣੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਪੈਣ ਲੱਗ ਪਈਆਂ ਨੇ, ਕਣੀਆਂ ਬੜੀਆਂ ਗਿੱਲੀਆਂ ਨੇ। ਅਸੀਂ ਵੀ ਕਿੱਲੇ ਹੋਣ ਲੱਗ ਪਏ ਹਾਂ। ਵੇਖੋ ਟਰਾਲੀਆਂ ਦੀਆਂ, ਇੱਟਾਂ ਦੀਆਂ ਟਰਾਲੀਆਂ ਭਰੀਆਂ ਨੇ, ਵੇਖੋ ਕਿੰਨੀਆਂ ਉੱਚੀ ਜਿਹੀ ਕਰਕੇ ਭਰੀਆਂ ਨੇ ਵੇਖੋ। ਅਤੇ ਆਹ ਵੇਖੋ ਅਸੀਂ ਜਾਣ ਡੇ ਹਾਂ ਰਾਹ 'ਚ ਜਿਹੜਾ ਬੱਦਲ ਵੇਖੋ ਪਿਆ ਹੈ, ਸਾਡੇ ਪਿੰਡਾਂ 'ਚ ਬੱਦਲ ਨਹੀਂ ਪਿਆ, ਬੱਦਲ ਦੀ ਬੜੀ ਜ਼ਰੂਰਤ ਹੈ ਕਿਉਂਕਿ ਮੂੰਜੀਆਂ 'ਚ ਪੀਟਰਾਂ ਨਾਲ ਤਾਂ ਪਾਣੀ ਹੋ ਨਹੀਂ ਸਕਦਾ, ਅਤੇ ਬੱਦਲ ਹੀ ਹੈ ਜੇ ਪੈ ਕੇ ਤਾਂ ਪਾਣੀ ਸ਼ਾਣੀ ਪੂਰਾ ਹੋ ਜੇ। ਅਤੇ ਇੱਥੇ ਸ਼ਹਿਰ 'ਚ ਤਾਂ ਪਿਆ ਹੈ ਬੜਾ ਬੱਦਲ ਹੈ, ਵੇਖੋ ਸੜਕ ਦੇ ਵਿੱਚ ਕਿੰਨਾ ਪਾਣੀ ਖਲੋਤਾ ਹੈ। ਅਤੇ ਰਾਹ 'ਚ ਅਸੀਂ ਆ ਗਏ ਹਾਂ, ਬੱਦਲ ਬੜਾ ਹੀ ਬਣਿਆ, ਠੰਡ ਲੱਗਣ ਲੱਗ ਪਈ ਹੈ। 7 ਕਿਲੋਮੀਟਰ ਦੂਰ ਅੱਗੇ ਪਸਰੂ ਰਹਿ ਗਿਆ, ਅਤੇ ਅਸੀਂ ਥੱਕ ਗਏ ਹਾਂ, ਬਹਿ ਬਹਿ ਕੇ ਮੋਟਰਸਾਈਕਲ 'ਚ ਹੁਣ ਉੱਤਰ ਕੇ ਸਾਹ ਵਗੈਰਾ ਲੈਣਾ, ਤੁਰ ਤੁਰਨ ਫਿਰਨ ਡੇ ਹਾਂ। ਜਾਓ ਫਿਰ ਚੱਲੀਏ ਅੱਗੇ, ਠੰਡ ਬੜੀ ਹੋ ਗਈ ਹੈ। ਬੱਦਲ ਜਿਹੜਾ ਪੈਣ ਡਿਆ ਹੈ, ਅਤੇ ਮੱਠੀ ਮੱਠੀ ਜਾਣ ਡੇ ਹਾਂ ਅਸੀਂ ਪਸਰੂੜ ਵੱਲ ਨੂੰ। ਹੋ ਜੀ ਗਦਾਮ ਹੈ ਜਿਹੜੀਆਂ ਅਸੀਂ ਮੂੰਜੀਆਂ ਛੂੰਜੀਆਂ ਵੱਢਦੇ ਹਾਂ, ਕਣਕਾਂ ਛਣਕਾਂ ਇਹਦੇ ਵਿੱਚ ਆ ਜਾਂਦੀਆਂ ਨੇ, ਕਦੇ ਇਕੱਠੀਆਂ ਕਰ ਲੈਂਦੇ ਨੇ ਖਰੀਦ ਕੇ ਸਾਡੇ ਕੋਲੋਂ। ਉਹ ਵੇਖੋ ਸਾਹਮਣੇ ਉਹ ਖਜੂਰਾਂ ਦੇ ਬੂਟੇ ਲੱਗੇ ਨੇ, ਕਿੱਡੇ ਸੋਹਣੇ ਲੱਗਦੇ ਪਏ ਨੇ ਖਜੂਰਾਂ। ਵੈਸੇ ਮੁੱਲ ਬੜੀ ਵਾਰੀ ਖਾਧੀਆਂ ਨੇ, ਅਤੇ ਵੈਸੇ ਉੱਤੋਂ ਲਾਹ ਕੇ ਕਦੀ ਨਹੀਂ ਖਾਧੀਆਂ ਖਜੂਰਾਂ ਦੇ ਉੱਤੋਂ, ਅਤੇ ਹੁਣ ਇਨਸ਼ਾਅੱਲਾ ਖਜੂਰਾਂ ਦੇ ਉੱਤੋਂ ਲਾਹ ਕੇ ਵੀ ਖਜੂਰਾਂ ਖਾਵਾਂਗੇ। ਡੋਕੇ ਡੋਕੇ ਕਹਿੰਦੇ ਨੇ ਉਹਨਾਂ ਨੂੰ, ਡੋਕੇ ਲਾਹ ਖਾਵਾਂਗੇ, ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਤਾਂ ਵੇਖੋ ਕਿੱਡੇ ਸੋਹਣੇ ਲੱਗਣ ਡਿਆ, ਕਿੱਡਾ ਸੋਹਣਾ ਸੀਨ ਹੋਣ ਡਿਆ ਹੈ। ਵੇਖੋ ਪਸਰੂੜ ਜਿਹੜਾ ਅਸੀਂ ਆ ਗਏ ਹਾਂ, ਅਤੇ ਪਸਰੂੜ ਵੀ ਬੜਾ ਬੱਦਲ ਪਿਆ ਹੈ, ਵੇਖੋ ਸੜਕ 'ਚ ਪਾਣੀ ਖਲੋਤਾ ਹੈ। ਅਤੇ ਅਸੀਂ ਜਿਹੜਾ ਮਿੱਟੀ ਦੇ ਭਾਂਡੇ ਵਾਲੇ 'ਤੇ ਆ ਗਏ ਹਾਂ ਦੁਕਾਨ 'ਚ, ਜਾਓ ਤੁਹਾਨੂੰ ਭਾਂਡੇ ਵਾਹੀਏ ਮਿੱਟੀ ਦੇ। ਦੇਖੋ ਆਹ ਮਿੱਟੀ ਦੀਆਂ ਕੋਲੀਆਂ ਨੇ, ਕਿੱਡੀਆਂ ਸੋਹਣੀਆਂ ਨੇ। ਇਹ ਹਾਂਡੀ ਹੈ ਮਿੱਟੀ ਦੀ, ਵੇਖੋ ਇਹ ਨਿੱਕੀਆਂ ਹਾਂਡੀਆਂ ਨੇ, ਇਹ ਕੁੱਜੀਆਂ ਨੇ। ਜੇ ਕਿਹਾ ਹੁੰਦਿਆਂ ਸੀ ਬਾਹਰ ਨੂੰ ਜਾਣਿਆ ਜਾਣੇ ਨੇ, ਕੁੱਜੀ ਲੈ ਕੇ ਅਤੇ ਝੋਲ ਪਕਾਉਂਦੇ ਹੁੰਦੇ ਹਾਂ ਬਾਹਰ ਅੱਗ ਬਾਲ ਕੇ। ਇਹ ਵੇਖੋ ਇਹ ਗਲਾਸ ਜੇ ਕਿੱਡਾ ਸੋਹਣਾ, ਵੀ ਹੱਥ ਨਾਲ ਬਣਾਇਆ ਉਹਨਾਂ ਆਪੇ। ਇਹ ਵੀ ਗਲਾਸ ਜੇ ਮਿੱਟੀ ਦਾ ਗਲਾਸ ਹੈ। ਇਹ ਮੱਗਾ ਜੇ ਚਾਲ ਆ, ਵੇਖੋ ਕਿੱਡਾ ਸੋਹਣਾ ਬਣਾਇਆ, ਹੱਥਾਂ ਨਾਲ ਹੀ ਬਣਾਇਆ ਹੈ ਜੀ। ਇਹ ਕੁੰਡਾ ਜੇ ਹੈ, ਇਹਦੇ ਬਦਾਮ ਸ਼ਦਾਮ ਵੀ ਰਗੜ ਲਈ ਦੇਣਾ। ਉਹ ਜਿਹੜੀਆਂ ਚਾਟੀਆਂ ਜੇ, ਇਹ 'ਚ ਲੱਸੀ ਸੱਸੀ ਜਿਹੜੀ ਖੀਦੀ ਹੈ, ਅਤੇ ਇਹ ਜਿਹੜੀਆਂ ਕਨਾਲੀਆਂ ਜੀ, ਇਹਨਾਂ 'ਚ ਆਟਾ ਵੀ ਗੁੰਨ ਲਈਦਾ। ਇਹ ਜਿਹੜਾ ਇਹ ਗਮਲਾ ਜੇ ਅਦਰਕ ਅਛਰਕ ਲਾਉਣ ਵਾਸਤੇ, ਇਹ ਜਿਹੜਾ ਇਹ ਮੇਰੇ ਵਰਗੇ ਬੰਦੇ ਜਿਹੜਾ ਪੱਠੇ ਵੱਢਦੇ ਹਾਂ ਜਾਂ ਕਿਤੇ ਰੋਈ ਪੈਲੀ 'ਚ ਜਾ ਕੇ ਆ ਮਿੱਟੀ ਛਿੱਟੀ ਜਿਹੜੀ ਪਸ ਜਾਂਦੀ ਹੈ ਨਾਲ, ਉਹ ਇਹਦੇ ਨਾਲ ਲਾਹਣ ਵਾਸਤੇ ਅੱਡੀਆਂ 'ਚੋਂ। ਇਹਨੂੰ ਕਹਿੰਦੇ ਪਤਾ ਨਹੀਂ ਕੀ ਨਾ, ਵੈਸੇ ਦੱਸਿਓ ਮੈਨੂੰ ਕਮੈਂਟ ਕਰਕੇ। ਹਾਂ ਜੀ ਪਿਆਲੇ ਆ ਗਏ, ਚੀਨੀ ਦੇ ਪਿਆਲੇ ਨੇ, ਦਹੀਂ ਖਾਓ ਚਾਹ ਪੀਓ ਜੋ ਮਰਜ਼ੀ ਕਰੋ। ਇਹ ਪਿਆਲੀਆਂ ਚਾਹ ਪੀਣ ਵਾਸਤੇ ਪਿਆ ਹੈ, ਉਸ ਤੋਂ ਛੋਟੀਆਂ ਪਿਆਲੀਆਂ ਪਾਣੀ ਪੀਣ ਵਾਲੇ ਜੇ।
ਗੋਲੀਆਂ ਪਿਆਲੀਆਂ ਹੀ ਸਮਝ ਲਓ, ਗੋਲੀਆਂ ਪਿਆਲੀਆਂ। ਇਹ ਜਿਹੜਾ ਫੁੱਲ ਅਜੇ ਨੇ ਫੁੱਲ ਦੱਸਦੇ ਨੇ, ਇਹਨਾਂ ਵਿੱਚ ਫੁੱਲ ਛੁੱਲ ਲਾਈਦੇ ਨੇ, ਕਿੱਡੇ ਸੋਹਣੇ ਨੇ। ਅਗਰਬੱਤੀਆਂ ਵਾਲਾ ਸਟੈਂਡ, ਦੀਵੇ ਲਾਉਣ ਵਾਸਤੇ ਤੇ ਜਾਂ ਕੋਈ ਵੀ ਦੀਵੇ ਲਾਉਣ ਵਾਸਤੇ ਜਾਣੇ, ਅਜੇ ਜਾਣੇ ਗੁੱਡੀਆਂ ਛੁੱਡੀਆਂ ਲੈਂਦੇ ਨੇ, ਉਹਨਾਂ ਦੀਆਂ ਕੁਰਸੀਆਂ ਨੇ, ਆਹ ਸੋਫਾ ਜੇ, ਅਤੇ ਆਹ ਜਿਹੜਾ ਚੱਟੂ ਵੱਟਾ ਜੇ, ਅਤੇ ਉਹ ਜਿਹੜਾ ਰੋਟੀਆਂ ਪਕਾਉਣ ਵਾਸਤੇ ਕੀ ਨਾਂ ਲਈਦਾ, ਵੇਲਣਾ ਜੇ, ਅਤੇ ਕੱਪ ਜੇ, ਜਾਂ ਫਿਰ ਸੋਫੇ ਅਤੇ ਕੁਰਸੀਆਂ। ਅਤੇ ਆਹ ਜੋ ਆਹ ਜੀ ਸਭ ਤੋਂ ਖਾਸ ਚੀਜ਼ ਆ ਜੀ, ਆਹ ਜੋ ਕਾਹ ਬੁੱਢਿਆਂ ਬਾਬਾ ਨੇ ਪੀਣ ਵਾਸਤੇ। ਵੇਖੋ ਕਿੱਡੀਆਂ ਸੋਹਣੀਆਂ ਗੁੱਡੀਆਂ ਨੇ, ਝਾਟੀਆਂ ਜਿਹੜਾ ਨਾ ਫੜੀਆਂ ਨੇ, ਅਤੇ ਵੇਖੋ ਹੱਥਾਂ ਨਾਲ ਵੀ ਬਣਾਈਆਂ ਨੇ ਉਹਨਾਂ ਕਾਰੀਗਰਾਂ ਨੇ, ਵੇਖੋ ਕਿੱਡੀ ਸੋਹਣੀ ਜਿਹੜਾ ਗੁੱਡੀਆਂ ਬਣਾ ਹਰੀਆਂ ਨੇ। ਹੈ ਜੀ ਇਹ ਜੇ ਤੁਹਾਡੇ ਕੋਲ ਪੈਸੇ ਬੋਤੇ ਨਾਲ ਗੱਲਾਂ ਲਾਇਓ, ਇਹਦੇ ਵਿੱਚ ਪੈਸੇ ਪਾਓਗੇ, ਇੱਕ ਤਾਂ ਗੱਲੇ 'ਚ ਪੈਸੇ ਲਾਏ ਹੋਣਗੇ, ਭੰਨਣ ਵੀ ਦਿਲ ਨਹੀਂ ਕਰੇਗਾ, ਦੇਖੋ ਪੈਸੇ ਵੀ ਜੁੜੀ ਜਾਣਗੇ। ਅਤੇ ਇਹ ਜੇ ਇਹ ਟਰੱਕ ਜੇ ਚੈੱਕ ਕਰੋ, ਇੱਕ ਹੈ ਵੀ ਟਰੱਕ ਜੇ, ਜੱਗ ਜੇ, ਅਤੇ ਇਹ ਜੇ ਫਿਰ ਭਾਂਡੇ, ਜਿੱਥੋਂ ਮੁਬਾਰਕ ਭਾਈ ਹਾਂਡੀ ਲੈਣ ਆਏ ਨੇ, ਅਤੇ ਹੁਣ ਉਹ ਹਾਂਡੀ ਲੈਣਗੇ, ਅਤੇ ਅਸੀਂ ਹਾਂਡੀ ਲੈ ਕੇ ਫਿਰ ਜਾਵਾਂਗੇ ਘਰ ਨੂੰ। ਇਹ ਜਿੰਨੀਆਂ ਇੱਥੇ ਤੁਸੀਂ ਵੇਖ ਸਕਦੇ ਹੋ ਮਿੱਟੀ ਦੀਆਂ ਚੀਜ਼ਾਂ ਸਾਰੀਆਂ ਹੱਥਾਂ ਨਾਲ ਬਣਾਈਆਂ ਨੇ। ਇਹ ਜਿਹੜੇ ਨੇ ਮਿੱਟੀ ਦੇ ਕੂਲਰ ਨੇ, ਇਹ ਸੀਮਟ ਦੀਆਂ ਚੁੱਲ੍ਹਾਂ ਨੇ, ਇਹ ਭੱਠੀਆਂ 'ਚ ਇੱਟਾਂ ਪਕਾਉਂਦਿਆਂ ਝਿੱਗ ਬਣਦੀ ਹੈ, ਝਿੱਗ ਜੰਮ ਜਾਂਦੀ ਹੈ ਵੀ ਵੱਟੇ ਦੀ ਬਣ ਜਾਂਦੀ ਹੈ ਝਿੱਗ, ਇਹ ਵੀ ਅੱਡੀਆਂ ਸਾਫ ਕਰਨ ਵਾਸਤੇ ਪੈਰਾਂ ਦੀਆਂ, ਇਹ ਫਿਰ ਉਹਨੂੰ ਇਕੱਠਾ ਕਰਕੇ ਅਤੇ ਇੱਥੇ ਬਾਜ਼ਾਰ 'ਚ ਲਿਆਉਂਦੇ ਨੇ ਵੇਚਣ ਵਾਸਤੇ। ਮੁਬਾਰਕ ਭਾਈ ਨੇ ਹਾਂਡੀ ਲਈਏ, ਅਤੇ ਹੁਣ ਅਸੀਂ ਜਾਵਾਂਗੇ ਘਰ ਨੂੰ ਜੀ। ਹਾਂਡੀ ਅਸੀਂ ਲੈਣ ਦੀਏ, ਅਤੇ ਪਸਰੂਰ ਜਾ ਕੇ ਮੈਨੂੰ ਬੜਾ ਹੀ ਮਜ਼ਾ ਆਇਆ, ਅਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਏ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਵੀ ਕਰ ਦਿਓ, ਅਤੇ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਕਿਵੇਂ ਦੀ ਬਣੀ ਹੈ, ਅਤੇ ਮੇਰੇ ਜ਼ੇ ਪਿੰਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਲਾ ਹਾਫਿਜ਼।